गुरु मुख लाई है चित्त
ਦੁਨੀਆਦਾਰੀ ਦੇ ਵਪਾਰ ਦੇ ਬਿਜ਼ਨਸ ਦੇ ਸਿਆਸਤ ਦੇ ਰਾਜਨੀਤੀ ਦੇ
ਕਿ ਸ਼ੈਤਾਨ ਦੇ ਵਿੱਚ ਪੈ ਕੇ ਵੇਖ ਲੈ ਪੰਜ ਸੁਖਾਲੇ ਨੇ ਖੇਡੇ ਨੇ ਕੰਡੇ ਬਿਖਰੇ ਹੋਏ ਨੇ ਪਰ ਖਿਆਲ ਕਰੀ ਜੀਵਨ ਅੰਦਰ ਇਸ ਪੰਧ ਦੇ ਪੰਧ ਹੀ ਕਿਸੇ ਵੀ ਪੰਧ ਦੇ ਪੰਧ ਮੁਕਤ ਤੇ ਨਹੀਂ ਨਾ ਗਏ ਕੋਈ ਮੰਜ਼ਿਲ ਕੋਈ ਪੰਧ ਐਸਾ ਹੋਵੇ ਜਿਹੜਾ ਸੁਣਿਆ ਰਹਿ ਜਾਏ ਉਹਦਾ ਪੰਧ ਹੀ ਕੋਈ ਨਾ ਹੋਵੇ ਹਰ ਪੰਧ ਦੇ ਕੋਈ ਪੰਧ ਹੀ ਨਹੀਂ ਤੇ ਉਹ ਉਸ ਮੰਜ਼ਿਲ ਲਈ ਕੋਈ ਦ੍ਰਿੜਤਾ ਲੈ ਕੇ ਤੁਰਦੇ ਨੇ ਖੇਡੇ ਵੀ ਖਾਂਦੇ ਨੇ ਔਕੜਾਂ ਵੀ ਆਉਂਦੀਆਂ ਨੇ ਅਸੀਂ ਤਾਂ ਆਪਣੇ ਵਿਹੜੇ ਵਿੱਚ ਵੀ ਦੇਖੀਏ ਤੇ ਰੋਜ਼ ਹੀ ਜ਼ਿਕਰ ਕਰ ਰਹੇ ਹਾਂ ਮਾਛੀਵਾੜੀ ਦੇ ਜੰਗਲਾਂ ਦਾ ਹਾਲਾਂਕਿ ਪੰਧ ਪੰਧ ਵਿੱਚ ਅੰਤਰ ਹੈ ਉਸ ਮਾਛੀਵਾੜੇ ਦੇ ਜੰਗਲਾਂ ਵਿੱਚ ਤੁਰਨ ਵਾਲੇ ਕੰਡਿਆਂ ਦੀ ਸੇਜਾਂ 'ਤੇ ਸੌਂ ਲੈਣ ਵਾਲੇ ਦੀ ਮੰਜ਼ਿਲ ਕੋਈ ਰਾਜਨੀਤੀ ਨਹੀਂ ਸੀ ਕੋਈ ਬਿਜ਼ਨਸ ਵਪਾਰ ਨਹੀਂ ਸੀ ਕੋਈ ਸੰਸਾਰਿਕ ਕਾਰੋਬਾਰ ਨਹੀਂ ਸੀ ਫਿਰ ਵੀ ਆਏ ਉਹ ਤਾਂ ਸੰਸਾਰ ਲਈ ਤੁਰ ਰਿਹਾ ਸੀ ਅਤੇ ਉਦੋਂ ਤੋਂ ਨਹੀਂ ਤੁਰ ਰਿਹਾ ਸੀ 5-200 ਵਰ੍ਹਾਂ ਤੋਂ ਪਹਿਲਾਂ ਤੁਰ ਰਿਹਾ ਸੀ ਉਸੇ ਮੰਜ਼ਿਲ ਦਾ ਪੰਧ ਗੁਰੂ ਨਾਨਕ ਨੇ ਆਰੰਭ ਕੀਤਾ ਸੀ ਮੰਜ਼ਿਲ ਦਾ ਫਰਕ ਨਹੀਂ ਦ੍ਰਿੜਤਾ ਲੈ ਕੇ ਉਹ ਤੁਰੇਗਾ ਉਸੇ ਮੰਜ਼ਿਲ ਦੇ ਪੰਧ ਹੀ ਨੂੰ ਬਾਬਰ ਨੂੰ ਚੈਲੰਜ ਕੀਤਾ ਬ੍ਰਹਮਣ ਨੂੰ ਚੈਲੰਜ ਕੀਤਾ ਔਕੜਾ ਐਵੇਂ ਨਹੀਂ ਜਾਣਾ ਜਦੋਂ ਕੋਈ ਪੰਧ ਹੀ ਜਦੋਂ ਕੋਈ ਮੰਜ਼ਿਲ ਨੂੰ ਆਪਣਾ ਨਿਸ਼ਾਨਾ ਮਿਸ਼ਨ ਬਣਾ ਕੇ ਤੁਰਦਾ ਹੈ ਨਾ ਉਹਦੇ ਵਿਰੋਧੀ ਵੀ ਕਈ ਹੁੰਦੇ ਨੇ ਆ ਜਦੋਂ ਮੈਂ ਇੱਥੇ ਕਦਮ ਹੀ ਰੱਖਿਆ ਐਸਾ ਬੜਾ ਪਿਆਰਾ ਸ਼ਬਦ ਪੜ ਰਿਹਾ ਸੀ ਮੈਂ ਸੋਚ ਰਿਹਾ ਸ਼ਬਦ ਦੀ ਕੈਸੀ ਕਹਾਣੀ ਹੈ ਔਰ ਪੰਚ ਆਪ ਇੱਕ ਜਣਾ ਮੈਂ ਸੋਚਿਆ ਇਹ ਸ਼ਬਦ ਜ਼ਰਾ ਉਚਾਰਾ ਔਰ ਪੰਚ ਹਮੇ ਇੱਕ ਜਣਾ ਕਿਉਂ ਰੱਖੋ ਘਰ ਬਾਰ ਬਣਾ ਤੇ ਔਕੜਾਂ ਮਾਰਿਆ ਲੁੱਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਣਾ ਅੱਗੇ ਵਧਾ ਨੀਤ ਜਾਵਾਂ ਅੱਗੇ ਇਹ ਵੀ ਲਫ਼ਜ਼ ਆਇਆ ਉਹਨਾਂ ਪੰਜ ਜਣਾਂ ਨੇ ਢਾਏ ਮਡੋਲੀ ਲੁੱਟਿਆ ਦਿਲ ਢਾਏ ਮਡੋਲੀ ਲੁੱਟਿਆ ਦਿਲ ਸਾਧਨ ਪਕੜੀ ਇੱਕ ਜਣਾ ਜੋ ਡੰਡਾ ਗਲ ਸੰਗਲ ਪੜਿਆ ਭਾਗ ਗਿਆ ਸੁਰਪੰਚ ਅਗਲੇ ਪਾਸੇ ਇੱਕ ਦਫ਼ਾ ਜਿਹੜੇ ਮਰੋਟਰੀ ਢਾਉਣ ਵਾਲੇ ਸਨ ਉਹ ਕਿਉਂ ਹਾਰੇ ਇੱਥੇ ਵੀ ਕਿਸੇ ਦ੍ਰਿੜਤਾ ਦੀ ਲੋੜ ਸੀ ਅਗਲੇ ਪਾਸੇ ਕੀ ਹੋਇਆ ਉਸਾਰ ਬਦੋਲੀ ਉਸੇ ਸ਼ਬਦ
ਕੋਈ ਢਾਉਣ ਵਾਲੇ ਹੁੰਦੇ ਨੇ, ਕੋਈ ਉਸਾਰਨ ਵਾਲੇ ਵੀ ਹੁੰਦੇ ਨੇ। ਸੰਸਾਰ ਅੰਦਰ ਹਮੇਸ਼ਾ ਦੋ ਧਿਰਾਂ ਰਹੀਆਂ ਨੇ, ਕੋਈ ਢਾਉਣ ਵਾਲੀਆਂ, ਕੋਈ ਉਸਾਰਨ ਵਾਲੀਆਂ। ਪਰ ਆਪਣਾ ਆਪਣਾ ਮਿਸ਼ਨ ਲੈ ਕੇ ਤੁਰਨ ਵਾਲੇ 'ਚ ਫਰਕ ਇਹ ਹੈ, ਜਿਹੜੇ ਉਸਾਰਨ ਵਾਲੇ ਨੇ ਉਹ ਕਿਸੇ ਦ੍ਰਿੜਤਾ ਨਾਲ ਤੁਰਦੇ ਨੇ। ਉਹ ਇਹ ਨਹੀਂ ਵੇਖਦੇ ਇਹਨੇ ਢਾਹ ਦਿੱਤੀ ਇਕੱਠੀ ਰਹਿਣਗੇ, ਢਾਹ ਦਿੱਤੀ ਇਕੱਠੀ ਰਹਿਣਗੇ। ਉਹ ਢਾਹੀ ਜਾਂਦੀ, ਉਹ ਉਸਾਰੀ ਜਾਂਦੀ। ਗੁਰੂ ਨਾਨਕ ਨੇ ਬ੍ਰਹਮਨਿਜ਼ਮ ਦੀ ਉਹ ਪਰੰਪਰਾ ਨੂੰ ਚੈਲੇਂਜ ਕੀਤਾ, ਆਰੰਭ ਹੋਇਆ ਸੰਘਰਸ਼। ਗੁਰੂ ਨਾਨਕ ਨੇ ਉਸ ਮਿਸ਼ਨ ਨੂੰ ਲੈ ਕੇ ਆਪਣਾ ਪੰਥ ਸਫਲ ਸ਼ੁਰੂ ਕੀਤਾ। ਉਹਦੇ ਵਿੱਚ ਤੱਤੀਆਂ ਲੋਹਾਂ ਵੀ ਆ ਗਈਆਂ, ਦ੍ਰਿੜਤਾ ਛੱਡ ਦਿੱਤੀ। ਅਰਜ਼ ਕੀਤੀ ਸੀ ਹਰ ਪੰਥ ਦੀ ਇੱਕ ਵੱਡੀ ਜ਼ਰੂਰਤ ਹੈ ਦ੍ਰਿੜਤਾ। ਉਹ ਆਪਣੀ ਮੰਜ਼ਿਲ ਨਿਸ਼ਚਿਤ ਕਰ, ਪਤਾ ਲੱਗ ਜਾਏਗਾ ਤੇਰਾ ਕਿ ਤੇਰੀ ਮੰਜ਼ਿਲ ਕੀ ਹੈ। ਪਰ ਜਿਹੜੀ ਵੀ ਮੰਜ਼ਿਲ ਨਿਸ਼ਚਿਤ ਕਰੇ, ਦੇਖਣਾ ਇਹ ਹੈ ਤੇਰੇ ਕੋਲ ਉਸ ਮੰਜ਼ਿਲ ਦੀ ਦ੍ਰਿੜਤਾ ਹੈ। ਇੱਕ ਵਿਸ਼ਵਾਸ ਕਰੀ, ਬਿਨਾਂ ਦ੍ਰਿੜਤਾ ਦੇ ਤੂੰ ਕਿਸੇ ਵੀ ਜੀਵਨ ਦੀ ਮੰਜ਼ਿਲ 'ਤੇ ਨਹੀਂ ਪੁੱਜ ਸਕੇਗਾ, ਹਰ ਪਾਸੇ ਅਸਫਲ ਹੋ ਗਏਗਾ। ਤੱਤੀਆਂ ਲੋਹਾਂ ਪਾਈਆਂ, ਚਾਂਦਨੀ ਚੌਂਕ ਆਈਆਂ, ਅਨੰਤਪੁਰ ਦਾ ਕਿਲਾ ਹੋਇਆ, ਉਸੇ ਪੰਥ ਦੇ ਰਸਤੇ ਦੇ ਪੜਾਅ ਨੇ ਨਾ। ਪੰਥ ਦਾ ਪੜਾਅ ਸੀ ਅਨੰਦਪੁਰ ਦਾ ਕਿਲਾ, ਚਮਕੌਰ ਦੀ ਗੜੀ, ਮਾਛੀਵਾੜੀ ਦਾ ਜੰਗਲ, ਖਦਰਾਣੇ ਦੀ ਹਾਂ। ਪੇਡੇ ਰਸਤੇ ਵਿੱਚ ਪੜਾਅ ਆਏ, ਪਰ ਕਿਸੇ ਪੜਾਅ 'ਤੇ ਕੋਈ ਸਮਝੌਤਾ ਵੀ ਕੀਤਾ? ਲਓ ਜਿਨ੍ਹਾਂ ਦੇ ਮਿਸ਼ਨ ਵਿੱਚ ਦ੍ਰਿੜਤਾ ਨਹੀਂ ਹੁੰਦੀ ਨਾ, ਉਹ ਫਿਰ ਸਮਝੌਤੇ ਕਰਦੇ। ਸਮਝੌਤਾ ਕਮਜ਼ੋਰੀ ਦੀ ਨਿਸ਼ਾਨੀ ਹੁੰਦੀ। ਸਤਿਗੁਰੂ ਨੇ ਬਾਣੀ ਅੰਦਰ ਇੱਕ ਲਫ਼ਜ਼ ਵਰਤਿਆ, ਕਹਿੰਦੇ ਨੇ ਰਣ ਰੁੱਤ ਨਾ, ਜਿਹਨੇ ਆਪਣੇ ਮਿਸ਼ਨ ਨੂੰ ਲੈ ਕੇ ਕਿਸੇ ਮੈਦਾਨ ਵਿੱਚ ਆਉਣਾ ਹੈ ਨਾ, ਉਹਦੇ ਲਈ ਗੁਰੂ ਕਹਿੰਦੇ ਨੇ ਉਹ ਕਰੇ ਕੀ? ਨਰਨੇ ਹੀ ਕਰੇ। ਦੁਸ਼ਮਣ ਨੂੰ ਬਣਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਦੀ ਇੱਕ ਲਾਈਨ ਹੈ ਸਤਿਗੁਰ ਕਹਿੰਦੇ, ਅੰਗੀਕਾਰ ਕੀਆ ਪ੍ਰਭ ਆਪਣੇ, ਅੰਗੀਕਾਰ ਕੀਆ ਪ੍ਰਭ ਆਪਣੇ, ਵੈਰੀ ਸਗਲ ਬਾਂਧੇ। ਮਤਲਬ ਕੋਈ ਵੈਰੀ ਹੈ? ਵੈਰੀ ਤੈਨੂੰ ਨਿਸ਼ਚਿਤ ਕਰਨ ਲੱਗੇ ਆ, ਕੋਈ ਪਛਾਣ ਕਰਨੀ ਪੈਗੀ। ਤੇਰਾ ਪੰਥ ਐਸਾ ਨਹੀਂ ਜਿੰਦਾ ਕੋਈ ਦੁਸ਼ਮਣ ਨਾ ਹੋਵੇ, ਜਿੰਦਾ ਕੋਈ ਵਿਰੋਧੀ ਨਾ ਹੋਵੇ। ਧਰਮ ਦੇ ਖੇਤਰ ਵਿੱਚ ਵੀ ਜੇ ਅਸਲ ਸੱਚ ਦੇ ਧਰਮ ਦੇ ਖੇਤਰ ਵਿੱਚ ਵੀ ਚੱਲੇਗਾ, ਤਦ ਵੀ ਕੋਈ ਝੂਠ ਸਾਹਮਣੇ ਖੜਾ ਹੋਵੇਗਾ। ਧੰਨ ਤੇ ਗੁਰੂ ਨੇ ਆਖਿਆ ਅੰਗੀਕਾਰ ਕੀ ਆ ਪ੍ਰਭ ਆਪਣੇ, ਬੈਰੀ ਸਗਲੇ ਬਾਜੇ। ਕਹਿਣ ਲੱਗੇ ਵੈਰੀ ਕੌਣ? ਜਿਨ ਵੈਰੀ ਇਹ ਸਭ ਜਗ ਲੁੱਟਿਆ, ਜਿਹੜੇ ਸੰਸਾਰ ਦਾ ਜੀਵਨ ਬਰਬਾਦ ਕਰ ਲਏ ਸਨ, ਭਾਵੇਂ ਉਹ ਬ੍ਰਾਹਮਣਿਜ਼ਮ ਸੀ, ਭਾਵੇਂ ਅਮੀਰ ਮਰਨੂ ਦਾ ਇਜ਼ਮ ਸੀ,
ਜਿਹੜੇ ਸੰਸਾਰ ਦੇ ਜੀਵਨ ਲਈ ਦੁੱਖ ਬਣੇ ਹੋਏ ਸਨ। ਮੈਂ ਇੱਕ ਵਾਰ ਕਿ ਤੁਸੀਂ ਇਹੋ ਕਾਰਨ ਸੀ ਸਤਿਗੁਰੂ ਨੇ ਬਾਣੀ ਭਾਈ ਗੁਰਦਾਸ ਜੀ ਨੇ ਵੀ ਇਹ ਲਫ਼ਜ਼ ਵਰਤ ਦਿੱਤੇ ਕਹਿਣ ਲੱਗੇ ਬਾਬਾ ਦੇਖੇ ਧਿਆਨਦਾਰ ਜਲਤੀ ਸਭ ਪ੍ਰਿਥਵੀ ਦਿਸਾਈ ਉਹ ਵੈਰੀ ਸਨ ਨਾ ਜਲਤੀ ਸਭ ਪ੍ਰਿਥਵੀ ਦਿਸਾਈ ਸਤਿਗੁਰੂ ਨੇ ਦਿੱਤਾ ਚੈਲੰਜ ਕੀਤਾ ਮੁਸ਼ਕਲ ਲੈ ਕੇ ਤੁਰੇ ਕਿ ਇਸ ਜ਼ੁਲਮ ਨੂੰ ਕਿਵੇਂ ਖਤਮ ਕਰਨਾ ਕਿਵੇਂ ਮਿਟਾਉਣਾ ਕਿ ਜਦੋਂ ਉਹ ਜ਼ੁਲਮ ਭਾਵੇਂ ਉਹ ਅਧਿਆਤਮਿਕ ਤੌਰ 'ਤੇ ਆਤਮਾ ਨੂੰ ਵਰੂੰਗਣ ਵਾਲਾ ਸੀ ਭਾਵੇਂ ਸੰਸਾਰ ਅੰਦਰ ਬੈਠ ਕੇ ਸਤਾ 'ਤੇ ਬੈਠ ਕੇ ਰਾਜਨੀਤੀ ਦੀ ਸਤਾ 'ਤੇ ਬੈਠ ਕੇ ਸੰਸਾਰ ਦੇ ਜੀਵਾਂ ਲਈ ਖਤਰਾ ਬਣਿਆ ਹੋਇਆ ਸੀ ਦੋਵਾਂ ਨੂੰ ਚੈਲੰਜ ਕਰ ਦਿੱਤਾ ਹੁਣ ਇਹ ਕਿਵੇਂ ਹੁੰਦਾ ਵੀ ਉਹਦੇ ਬਦਲੇ ਵਿੱਚ ਉਹ ਵਿਰੋਧੀ ਨਾ ਬਣ ਗਏ ਨਤੀਜਾ ਇਹ ਹੋਇਆ ਪੱਤੀਆਂ ਲੋਹਾਂ 'ਤੇ ਬੈਠੇ ਉਸੇ ਸਫ਼ਰ ਵਿੱਚ ਮੈਂ ਹਰਜ ਕਰ ਰਿਹਾ ਸਾਂ ਚਾਂਦਨੀ ਚੌਂਕ ਆਈ ਉਸੇ ਸਫ਼ਰ ਵਿੱਚ ਆਨੰਦਗੜ੍ਹ ਦਾ ਕਿਲ੍ਹਾ ਆਇਆ ਉਸੇ ਸਫ਼ਰ ਵਿੱਚ ਚਮਕੌਰ ਦੀ ਗੜੀ ਆਈ ਉਸੇ ਸਫ਼ਰ ਵਿੱਚ ਸਰਹੰਦ ਦੀਆਂ ਦਿਲਵਾਰਾਂ ਆਈਆਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਆਪਾਂ ਲਗਾਇਆ ਮੈਂ ਚਾਹੁੰਦਾ ਸੀ ਅਸੀਂ ਇਸ ਪੱਖ ਨੂੰ ਨਾਲ ਦੇਖੀ ਸੋਚਿਓ ਮਾਛੀਵਾੜੇ ਦੇ ਜੰਗਲ ਵਿੱਚ ਜਾਣ ਤੋਂ ਬਾਅਦ ਮਾਈ ਹਲਕਾਰੇ ਕੋਲੋਂ ਪੁੱਤਰਾਂ ਦੀ ਸ਼ਹੀਦੀ ਸੁਣਨ ਤੋਂ ਬਾਅਦ ਕੋਈ ਸਮਝੌਤਾ ਕਰ ਲਿਆ ਆਪਣਾ ਮਿਸ਼ਨ ਤਿਆਗ ਦਿੱਤਾ ਜੇ ਤਿਆਗ ਦਿੰਦੇ ਕੱਲ ਹੀ ਜ਼ਿਕਰ ਕਰ ਰਹੇ ਸਨ ਬੰਦੇ ਬਹਾਦਰ ਦਾ ਜੇ ਮਿਸ਼ਨ ਤਿਆਗ ਦਿੰਦੇ ਬੰਦੇ ਬਹਾਦਰ ਦੀ ਕੀ ਲੋੜ ਸੀ ਜੇ ਮਿਸ਼ਨ ਤਿਆਗ ਦਿੰਦੇ ਉਹਦੀ ਇੰਨੇ ਦੁਰਾਡੇ ਇੰਨੇ ਮੀਲਾਂ 'ਤੇ ਜਾ ਕੇ ਉਹਦੀ ਭਾਲ ਕਰਕੇ ਚੋਣ ਕਰਨ ਦੀ ਕੀ ਲੋੜ ਸੀ ਪਰ ਕੋਈ ਮਿਸ਼ਨ ਨਾਲ ਵਿੱਚ ਦ੍ਰਿੜਤਾ ਨਾਲ ਤੁਰਨ ਵਾਲਾ ਕੋਈ ਮਿਸ਼ਨ ਨੂੰ ਲੈ ਕੇ ਨਿਚੱਕ ਹੋ ਕੇ ਬਿਨਾਂ ਕਿਸੇ ਸਮਝੌਤੇ ਦੇ ਆਪਣੀ ਮੰਜ਼ਿਲ ਵੱਲ ਵਧਣ ਵਾਲਾ ਚਾਹੀਦਾ ਸੀ ਆ ਗੁਰਬਾਣੀ ਦੀ ਲਾਈਨ ਜਿਹੜੀ ਹੈ ਇਹਦੇ ਵਿੱਚ ਇਹੋ ਲਹਿਰ ਵਰਤੇ ਗਿਆ ਹੋ ਗੁਸਾਈ ਦਾ ਪਹਿਲਵਾਨ ਗੁਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦਵਾਲੜਾ ਮੈਂ ਗੁਰ ਮਿਲ ਉੱਚ ਦਵਾਲੜਾ ਵਿਖਮੋ ਵਿਖਮ ਅਖਾੜਾ ਵਿਖਮੋ ਵਿਖਮ ਅਖਾੜਾ ਮੈਂ ਗੁਰ ਮਿਲ ਉੱਚ ਦੁਆਲਣਾ ਸਭ ਹੋਈ ਛਿੰਝੇ ਇਕੱਠੀਆ ਦਈ ਬੈਠਾ ਵੇਖੇ ਆਪ ਜੀਓ ਬਾਤ ਵਜਨ ਟੁੰਮ ਤੁਵਹੀਆ ਆਪਣਾਉਂਦੀਆਂ ਨੇ ਜਦੋਂ ਕੋਈ ਢਾਏ ਮਡੋਲੀ ਵਾਲਾ ਆਉਂਦਾ ਹੈ ਨਾ ਫਿਰ ਉਹਨੂੰ ਸਾਰੇ ਉਸਾਰ ਮਡੋਲੀ ਵਾਲੀ ਡਿਪਟਾਂ ਦੀ ਲੋੜ ਹੁੰਦੀ ਹੈ ਇੱਕ ਸ਼ਬਦ ਦੀ ਗੱਲਾਂ ਮੁੰਨੇ ਸਾਹਮਣੇ ਖੜੀ ਹੈ ਭਾਈ ਸਾਹਿਬ ਪੜ੍ਹ ਰਹੇ ਸਨ ਇੱਕ ਪਾਸੇ ਉਹ ਸਨ ਜਿਹਨਾਂ ਢਾਏ ਮਸੋਰ ਮਡੋਲੀ ਲੁੱਟਿਆ ਦੁਆਰਾ ਸੀ ਅਤੇ ਇੱਕ ਪਾਸੇ ਉਹ ਸਨ ਜਦੋਂ ਦ੍ਰਿੜਤਾ ਨਾਲ ਮੁੜ ਕੇ ਉਸਾਰ ਮਡੋਲੀ ਰੱਖ ਦੁਆਰਾ ਉੱਥੋਂ ਤੱਕ ਪੁੱਜਣ ਲਈ ਕਿਸੇ ਵਿਢਤਾ ਦੀ ਸਮਝੌਤੇ ਦੀ ਲੋੜ ਨਹੀਂ
ਕੰਫਰੈਂਸ ਕੀਤੀ ਸੀ ਜਿਸ ਸਮਝੌਤੇ ਦੀ ਲੋੜ ਮਹਿਸੂਸ ਹੁੰਦੀ ਤੇ ਪਹਿਲਾਂ ਹੀ ਕਰ ਲੈਂਦੇ ਬਹੁਤ ਕੁਝ ਸਾਡੇ ਚੋਰੀ ਪਾਇਆ ਗਿਆ ਤੇ ਇਹਨਾਂ ਨੂੰ ਭਲਾ ਕਿਸੇ ਤਰ੍ਹਾਂ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਦੇ ਗੁਰੂ ਹੀ ਸਮਝੌਤਾਵਾਦੀ ਸੀ ਕਿਸ ਗੱਲ ਦਾ ਸਮਝੌਤਾ ਅਨੰਦਪੁਰ ਦਾ ਕਿਲ੍ਹਾ ਛੱਡ ਦਿੱਤਾ ਹੁਣ ਸਮਝੌਤਾ ਕਰਨਾ ਪਿਤਾ ਚੌਂਦਰੀ ਚੌਂਦਰੀ ਚੌਕ ਵਿੱਚ ਸ਼ਹੀਦ ਕਰਾ ਦਿੱਤਾ ਹੁਣ ਸਮਝੌਤਾ ਕਰਨਾ ਦੋ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣੇ ਗਏ ਹੁਣ ਸਮਝੌਤਾ ਕਰਨਾ ਦੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਗਏ ਅੱਖਾਂ ਸਾਹਮਣੇ ਦੇਖ ਕੇ ਸ਼ਹੀਦ ਕਰਾ ਲਏ ਹੁਣ ਸਮਝੌਤਾ ਕਰਨਾ ਭਲਿਓ ਇੰਨੀ ਗੱਲ ਸਮਝੌਤੇ ਦੀ ਯਾਦ ਰੱਖਿਓ ਮੈਂ ਤਾਂ ਸੰਸਾਰ ਵਿੱਚ ਕੁਝ ਵਰ੍ਹਿਆਂ ਤੋਂ ਲਗਾਤਾਰ ਪਹਿਲਵਾਨ ਹੀ ਢੂੰਡਦਾ ਫਿਰਦਾ ਪਹਿਲਵਾਨ ਹੀ ਢੂੰਡਦਾ ਫਿਰਦਾ ਜਿਹੜੇ ਸਮਝੌਤੇ ਦੀ ਗੱਲ 'ਤੇ ਨਾ ਖਲੋਣ ਕਿਸੇ ਦ੍ਰਿੜਤਾ ਨਾਲ ਇਸ ਮਿਸ਼ਨ ਕਿਸੇ ਮਿਸ਼ਨ ਨੂੰ ਲੈ ਕੇ ਤੁਰਨ ਕੀਤੀ ਸੀ ਇੱਕ ਲਫ਼ਜ਼ ਕਿਉਂ ਆਖੇ ਨਾ ਦੁਸ਼ਮਣ ਕਦੀ ਕਮਜ਼ੋਰ ਨਹੀਂ ਹੁੰਦਾ ਰਿਸ਼ਤਾ ਬਾਹਰ ਕਰਦਾ ਹੈ ਤੇਰੇ ਕੋਲ ਦ੍ਰਿੜਤਾ ਹੋਵੇ ਤੇ ਉਸ ਤੂੰ ਉਸ ਵਾਰ ਨੂੰ ਬਰਦਾਸ਼ਤ ਕਿਵੇਂ ਕਰਨਾ ਤੇ ਉਸਨੂੰ ਰੋਕਣਾ ਕਿਵੇਂ ਦੋਨੋਂ ਚੀਜ਼ਾਂ ਤਲਵਾਰ ਅਤੇ ਢਾਲ ਦੋ ਚੀਜ਼ਾਂ ਇਕੱਠੀਆਂ ਕਿਉਂ ਯੋਧਾ ਰੱਖਦਾ ਢਾਲ ਕੀ ਆਪੋ ਕੀ ਕਮਜ਼ੋਰੀ ਹੈ ਉਹ ਵੀ ਤਾਂ ਮੌਤ ਤੋਂ ਬਚਾਅ ਦਾ ਸਾਧਨ ਹੈ ਢਾਲ ਕੋਈ ਢੋਂਦੋ ਵੀ ਅਸੀਂ ਆਪਣੇ ਫੋਜ ਮੌਤ ਤੋਂ ਡਰਦੇ ਹਾਂ ਇਹ ਢਾਲ ਰੱਖੀ ਹੋਈ ਹੈ ਢਾਲ ਤਾਂ ਤੈਨੂੰ ਇਸ ਲਈ ਦਿੱਤੀ ਗਈ ਹੈ ਤਾਂ ਕਿ ਤੂੰ ਉਸ ਜ਼ੁਲਮ ਦਾ ਨਾਸ ਕਰਨ ਵਾਲੀ ਤਲਵਾਰ ਦੇ ਹੱਥ ਮੁੱਠੇ 'ਤੇ ਹੱਥ ਰੱਖ ਸਕੀ ਕਮਜ਼ੋਰ ਨਾ ਹੋ ਮਨ ਲੱਥੇ ਲੈਂਦੇ ਫੇਰੀਆ ਅਗਲੇ ਪਾਸੇ ਮਿਹਤੇ ਪੰਜ ਜਵਾਨ ਨਿਤੇ ਦਾ ਅਰਥ ਹੈ ਬਣ ਰਹਿਣਾ ਬੀਬੀਆਂ ਜਦੋਂ ਪ੍ਰਾਪਤ ਸਮੇਂ ਅੰਦਰ ਹੱਥ ਨਾਲ ਘਰ ਵਿੱਚ ਦੁੱਧ ਡਿੱਗਦੀਆਂ ਸਨ ਅਤੇ ਮਧਾਣੀ ਨੂੰ ਜਿਹੜਾ ਰੱਸਾ ਪਾਉਂਦੀਆਂ ਸਨ ਉਹਦਾ ਨਾਂ ਨੇਤਰਾ ਹੁੰਦਾ ਸੀ ਬੀਬੀਆਂ ਨੂੰ ਪਤਾ ਹੋ ਸਕਦਾ ਬਜ਼ੁਰਗ ਬੀਬੀਆਂ ਨੂੰ ਪਤਾ ਹੋ ਸ਼ਬਦਾਵਲੀ ਵੀ ਸਮਝਦੀ ਹੈ ਗੁਰਬਾਣੀ ਜਿਹੜਾ ਰੱਸਾ ਜਿਹਦੇ ਨਾਲ ਬੀਟੀਆਂ ਬੰਨੀਆਂ ਹੁੰਦੀਆਂ ਸਨ ਅਤੇ ਬੀਬੀ ਦੁੱਧ ਡਿੱਗਦੀ ਸੀ ਉਸ ਰੱਸੀ ਦਾ ਨਾਂ ਜਿਹੜੀ ਬਣਦੀ ਸੀ ਨਾ ਉਹਦਾ ਨਾਂ ਨੇਤਰਾ ਹੁੰਦਾ ਸੀ ਇੱਥੇ ਵੀ ਲਫ਼ਜ਼ ਨੇ ਮੈਂ ਤੇ ਪੰਜ ਜਵਾਨ ਮੈਂ ਤੇ ਉੱਧਰ ਵੀ ਲਫ਼ਜ਼ ਨੇ ਕਹਿੰਦੇ ਮੈਂ ਕਿਹਨੂੰ ਮੈਦਾਨ ਦੇ ਜੰਗ ਵਿੱਚ ਆਪਣੇ ਮਿਸ਼ਨ ਵੱਲ ਆਪਣੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਵਧਦਾ ਦੇਖਣਾ ਚਾਹੁੰਦਾ ਜਿਹੜੇ ਵਿੱਚ ਇੱਕ ਸ਼ਕਤੀ ਹੋਵੇ ਉਹਦਾ ਇੱਕ ਫੈਸਲਾ ਹੋ ਫੈਸਲਾ ਕੀ ਨਹਾਣਾ ਰਾਮ ਰੂਪ ਤੋਂ ਨਹਾਣਾ ਰਾਮ ਰੂਪ ਤੋਂ ਨਾਲ ਨਹੀਂ ਕਰੇ ਬੰਨ ਲੈ ਦੁਸ਼ਮਣ ਅਗਲੇ ਪਾਸੇ ਲਫ਼ਜ਼ ਸਮਝੋ ਕਹਿਣ ਲੱਗੇ ਨਾਨੀਵੇਂ ਮੈਂ ਸੰਚੁਰੇ
संचर करना इकट्ठा करना किसी चीज को संचना इकट्ठा करना कह लगे उस योद्धे को मैं योद्धा समझना ते उनका जन्म तन समझना असल च योद्धा वो है जेड़ा ना ता अपने हथियार सुटे अपने मिशन वाल वंदा चला जाए अपना उड़ गया परेशानियां उड़ गई ना अपने मिशन तो कदम रोके ना निवे ना संचरे ते दुश्मन नाल इकट्ठा भी ना होवे उनदे नाल समझौता भी ना करे उनदे नाल मेल भी ना रहे हुण जरा सोचियो वरे बीत गया ने इहो जे पहलवान लभदे हां बड़े मिले ने ऐसी गल नहीं निराश नहीं निराश बिल्कुल नहीं बड़े बड़ा वड्डा काफला हो गया बड़ा वड्डा काफला पर मैं अपने वेड़े विच समझौतावादी भी बहुत वेखना जिहड़े मिनटां विच हथियार सुट दिंदे समझौता किनू कहने सौदे समझौते का अखरी अर्थ ही एक सौदा है ले भी चंगा तेरा मेरा समझौता मैं आ चीज़ा तेरिया हो गई मेरिया समझौता उस जिंदगी कुछ हो जाए समझौता तेरा मेरा समझौता है गुरु नानक ने जिस मिशन को शुरू किया सी ना ते बिना समझौते तो किया सी अपना जीवन के कितों चलिया माछीवाड़े के जंगलों तो कितों चलिया गुरु नानक का मिशन कंडिया की धरती तो रेत अक आहार तक तो कितने पहुँचया पर उनका सिख अखवाण वाला समझौता वादी तेरा मेरा सुनो तीन बाणियां तेरे गुरु दियां दो बाणियां मेरे गुरु समझौता ही हुक्म नावा तेरे गुरु का अरदास मेरे मेरी भगवती समझौता 1945 में होया समझौतावादी उदो हुंदा जदों कमजोर पै जाए और अज भी अज तो असं पंजाब हिंदुस्तान की धरती पर देखने जिमें समझौतावादी बहुत ही बड़े लोग फिर रहे वह भी देख 84 में की होया अज बेअदबिया की असी गल लैके तुरे हुए हाँ साढ़े सामने बेअदबिया हो मन कल्पया पर 84 में की होया 2500 श्री गुरु ग्रंथ साहब का स्वरूप जलाया गया हजारों की तादाद गुरुद्वारे इट इट कर दिते गए ढा दिते गए हजारों लखों की तादाद सिख किरदार सिंह के घर कारोबार बर्बाद कर दिते गए सैकड़े बच्चियां दियां इज्जतां रोल दित्तियां गईयां पर उस तो बाद की होया एक समझौता इन्ना कुछ हो गया उन्हां नाल फिर आ समझौता होया भी चलो सानू तुसी मिनिस्ट्री दे दो अब तो मैं देखना इस पहलवानी की दुनिया च कहो जे लोग प्रवेश अज भी अपने आप नू गुरु पंथ अखवाण वाले समझौतावादी खड़ोते ने मेरा शुमार है मैं तो वक्त की गल करता चला जाना सारी जीवन अंदर गुरु गुरु कहंदिया तुर जाना है माछीवाड़े के जंगलों में बैठने वाले की गल करी जानी बोले सोनिया हैरान हजारा श्री गुरु ग्रंथ साहब के स्वरूपों की बेअदबी हो जाए हजारा गुरुद्वारे ढा दिते जाने लखां घर बर्बाद हो जाए सैकड़े बीबिया की इज्जत लुटी जाए तो उस तो बाद गुरु पंथ अखवाण वाले सौदा कर समझौता कर अपनी मिनिस्ट्री बना के
ਬਸਤੀ ਇਹ ਹੈ ਸਮਝੌਤਾਵਾਦੀ ਦੁਨੀਆ ਉੱਥੇ ਸਮਝੌਤਾ ਉੱਥੇ ਹੁੰਦਾ ਹੈ ਜਿੱਥੇ ਕਮਜ਼ੋਰ ਪੈ ਜਾਏ ਕੋਈ ਹਥਿਆਰ ਸੁੱਟ ਦੇ ਪਰ ਅੱਜ ਸਾਡਾ ਜੀਵਨ ਉਸੇ ਸਮਝੌਤੇ 'ਤੇ ਖੜ੍ਹਾ ਹੈ ਅੱਜ ਘਰ ਘਰ ਸਮਝੌਤਾ ਕਰਕੇ ਹਰ ਗੁਰਦੁਆਰੇ ਵਿੱਚ ਸਮਝੌਤਾ ਹੋ ਰਿਹਾ ਹਰ ਜਥੇਬੰਦੀ ਵਿੱਚ ਸਮਝੌਤਾ ਹੋ ਰਿਹਾ ਇਹ ਕੋਈ ਸੋਚ ਹੀ ਨਹੀਂ ਰਿਹਾ ਕਿ ਮੇਰਾ ਗੁਰੂ ਕੌਣ ਹੈ ਤੇਰਾ ਗੁਰੂ ਤਾਂ ਉਹ ਹੈ ਜਿਹੜਾ ਆਹ ਗੱਲ ਕਹਿੰਦਾ ਕਿ ਮਨੂਆ ਦ੍ਰਿੜ ਕਰ ਰੱਖੀ ਹੈ ਮੈਂ ਨਹੀਂ ਕਹਿੰਦਾ ਸਮਝੌਤਾ ਕਰ ਉਹ ਤਾਂ ਕਹਿੰਦਾ ਬਿਲਕੁਲ ਹੀ ਨਾ ਨਿਵੇ ਨਾ ਸੱਚਾ ਤਾਂ ਨਹੀਂ ਜਨਮ ਤਾਂ ਹੁਣ ਤੂੰ ਬਣਾਏ ਉਹ ਤੈਨੂੰ ਦਿੱਤਾ ਸੀ ਹਾਂ ਮਿਸ਼ਨ ਅਪਣਾਉਣ ਲੱਗਿਆ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਆਖੇ ਲੱਗ ਮਿਸ਼ਨ ਅਪਣਾਉਣ ਲੱਗਿਆਂ ਸੋਚ ਮਿਸ਼ਨ ਤੇ ਪੰਧ ਤੇ ਕਦਮ ਦਾ ਆਪਣੀ ਮੰਜ਼ਿਲ ਨਿਸ਼ਚਿਤ ਕਰਨ ਲੱਗਿਆਂ 50 ਵਾਰ ਸੋਚ ਜੇ ਤੇਰਾ ਦਿਲ ਚਾਹੇ ਤਾਂ ਬੈਠ ਕੇ ਸਾਡੇ ਨਾਲ ਜਾਣ ਆਪਣਿਆਂ ਨਾਲ ਬੈਠ ਕੇ ਵਿਚਾਰ ਕਰ ਲੈ ਸਭ ਤੋਂ ਵੱਡੀ ਵਿਚਾਰ ਦਾ ਕੇਂਦਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਵਿਚਾਰ ਕਰ ਲਿਆ ਜੀ ਮੈਨੂੰ ਕਿਹੜੀ ਮੰਜ਼ਿਲ ਚਾਹੀਦੀ ਹੈ ਅਤੇ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੈਨੂੰ ਕੋਈ ਮੰਜ਼ਿਲ ਦਿਖਾ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੈਨੂੰ ਆਖ ਦੇਣ ਦੇਵੀ ਦੇਵਾ ਪੂਜੇ ਡੋਲੇ ਪਾਰ ਬ੍ਰਹਮ ਨਹੀਂ ਜਾਣਾ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੈਨੂੰ ਆਵਾਜ਼ ਦੇ ਦੇਣ ਕਿ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਅਤੇ ਫਿਰ ਉਸ ਮੰਜ਼ਿਲ 'ਤੇ ਤੁਰਨ ਲੱਗੇ ਵੀ ਤੂੰ ਸਮਝੌਤੇ ਕਰੇ ਉਸ ਮੰਜ਼ਿਲ ਵੱਲ ਵਧਣ ਲੱਗਿਆ ਵੀ ਤੇਰੇ ਕਦਮ ਡਗਮਗਾ ਡੋਲਣ ਅਤੇ ਫਿਰ ਉਹ ਢਾਹ ਮਡੋਲੀ ਬਾਰੇ ਕਾਮਯਾਬ ਹੋਣਗੇ ਕਿ ਉਸਾਰ ਮਡੋਲੀ ਬਾਰੇ ਕਦਮ ਸੀ ਕਾਮਯਾਬ ਹੋਣਗੇ ਬਸ ਇੰਨੀ ਗੱਲ ਅਤੇ ਆਪਣੇ ਸੁਭਾਅ ਮੁਤਾਬਕ ਕਹੀ ਜਾ ਰਹੀ ਹੈ ਜਿੰਨੀ ਦੇਰ ਸਵਾਸ ਬਾਕੀ ਨੇ ਓਨੀ ਦੇਰ ਗੁਰੂ 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 ਦੀ ਗੱਲ ਕਰੀ ਜਾ ਕਿਉਂਕਿ ਗੁਰੂ ਨੇ ਮੈਨੂੰ ਮੇਰੀ ਮੰਜ਼ਿਲ ਦਿਖਾ ਦਿੱਤੀ ਗੁਰੂ ਨੇ ਮੈਨੂੰ ਪੰਧ ਵੱਲ ਤੋਰ ਦਿੱਤਾ ਅਤੇ ਇਹ ਕਹਿ ਕੇ ਤੋਰਿਆ ਵੇਖੀ ਕਿਤੇ ਡੋਲ ਨਾ ਜਾਏ ਤੇਰੇ ਸਾਹਮਣੇ ਵੀ ਓਕਰਾ ਹੋਊਗੀ ਜਿਹਦੇ ਵੇਖੀ ਕਿਤੇ ਸਮਝੌਤਾਵਾਦੀ ਨਾ ਹੋਈ ਮੇਰੇ ਗੁਰੂ ਨੇ ਆਵਾਜ਼ ਦਿੱਤੀ ਹੈ ਅਤੇ ਆਖਿਆ ਏ ਮਨੁਆ
ਚੜਦਾ ਤੇਰੇ ਅੰਦਰ ਕੋਈ ਗੁਰੂ ਪ੍ਰਤੀ ਵਿਸ਼ਵਾਸ ਸਿਦਕ ਹੋ ਗਏ ਮੈਨੂੰ ਬੜੀ ਚੰਗੀ ਪਿਆਰੀ ਲੱਗਦੀ ਹੈ ਇਹ ਮੂਵਮੈਂਟ ਅਤੇ ਇਹ ਜਜ਼ਬਾ ਜਦੋਂ ਆਪਦੇ ਨੂੰ ਗੁਰੂ ਕੀ ਬੇਨਤੀ ਹੋਈ ਅਸੀਂ ਨਹੀਂ ਹੋਣਗੇ ਬਿਲਕੁਲ ਠੀਕ ਹੈ ਪਰ ਇਹ ਬੇਅਦਬੀ ਦਾ ਜਿਹੜਾ ਬਾਕੀ ਰਸਤਾ ਹੈ ਉਹਨੂੰ ਰੋਕ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਹੋਰ ਨੂੰ ਪ੍ਰਕਾਸ਼ ਕਰਕੇ ਰੁਮਾਲੇ ਦੇ ਅਤੇ ਉੱਥੇ ਚੌਲ ਪੀਤੇ ਜਾਣ ਉਹ ਚੌਲ ਤਖਤ ਦਾ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੋ ਗਏ ਉਹਦੇ ਕੋਲੋਂ ਖੋ ਕੇ ਦੂਜੇ 'ਤੇ ਬਿਠਾ ਦੂਜੇ ਨੂੰ ਬਿਠਾ ਦਿੱਤਾ ਜਾਵੇ ਆਸ ਨਹੀਂ ਕੁਝ ਵਰੇ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਬੇਅਦਬੀ ਜਦੋਂ ਹੋਈ ਸੀ ਉਦੋਂ ਕੋਈ ਵਿਅਕਤੀ ਇਸੇ ਤਰ੍ਹਾਂ ਛਾਲ ਮਾਰ ਕੇ ਜਾ ਕੇ ਹਜੇ ਪ੍ਰਕਾਸ਼ ਨਹੀਂ ਸੀ ਹੋਇਆ ਪੀੜੇ 'ਤੇ ਬਹਿ ਗਿਆ ਸੀ ਅਸੀਂ ਬਰਦਾਸ਼ਤ ਕੀਤਾ ਨਹੀਂ ਨਾ ਵਿਅਕਤੀ ਪੀੜੇ 'ਤੇ ਬਹਿ ਜਾਇਆ ਸੀ ਕੋਈ ਬਰਦਾਸ਼ਤ ਨਹੀਂ ਕਰਦੇ ਅਤੇ ਕੋਈ ਗ੍ਰੰਥ ਪੀੜੇ 'ਤੇ ਬਿਠਾ ਦਿੱਤਾ ਜਾਏ ਕੋਈ ਕਿਤਾਬ ਪੀੜੇ 'ਤੇ ਬਿਠਾ ਦਿੱਤੀ ਜਾਵੇ ਉਸੇ 'ਤੇ ਜਿਹਦੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬੈਠਦੇ ਹੋਣ ਪਛਾਣੀਏ ਆਪਣੇ ਮਿਸ਼ਨ ਨੂੰ ਪਛਾਣੀਏ ਸਾਡਾ ਮਿਸ਼ਨ ਇਹ ਹੈ ਕਿ ਗੁਰ ਜੈਸਾ ਨਾਹੀਂ ਪੋਦੇ ਗੁਰ ਜੈਸਾ ਨਾਹੀਂ ਦੇ ਪੋਦੇ ਮੇਰਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੁਹਾਡਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਇਹਦੀ ਬਾਣੀ ਹੀ ਗੁਰਬਾਣੀ ਹੈ ਸਤਿਗੁਰੂ ਨੇ ਇਸੇ ਦੀ ਆਖਿਆ ਇਹ ਬਾਣੀ ਜੋ ਜੀਵਨ ਜਾ ਇਹ ਵੀ ਲਫਜ਼ ਸਪਸ਼ਟ ਕਰ ਦਿੱਤੇ ਜਿੰਨਾ ਗੁਰਬਾਣੀ ਮਨ ਚਿੱਤ ਤਿੰਨਾ ਭਾਵ ਗੁਰੂ ਦੀ ਇੱਥੋਂ ਤੱਕ ਲਫਜ਼ ਕਹਿ ਦਿੱਤੇ ਜਿੰਨਾ ਗੁਰਬਾਣੀ ਮਨ ਭਾਗਿਆ ਅੰਮ੍ਰਿਤ ਛੱਕ ਛਕੇ ਜਿਨ੍ਹਾਂ ਨੂੰ ਗੁਰੂ ਦੀ ਬਾਣੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਨ ਅੰਦਰ ਚੰਗੀ ਲੱਗੀ ਹੈ ਪਿਆਰੀ ਲੱਗੀ ਹੈ ਉਹਨਾਂ ਸਮਝੋ ਅੰਮ੍ਰਿਤ ਛੱਕ ਲਿਆ ਅਤੇ ਜੇ ਸਾਨੂੰ ਉਸ ਅੰਮ੍ਰਿਤ 'ਤੇ ਹੀ ਵਿਸ਼ਵਾਸ ਨਾ ਹੋਵੇ ਜਿਸ ਬਾਣੀ ਜਿਸ ਅੰਮ੍ਰਿਤ 'ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਬਖਸ਼ਿਸ਼ ਭਰਿਆ ਹੱਥ ਇਸ ਲਈ ਆਓ ਆਪਣੇ ਵੀ ਸਾਨੂੰ ਸੁਣਾਈਏ ਆਪਣੇ ਮਿਸ਼ਨ ਆਪਣੀ ਮੰਜ਼ਿਲ ਵੱਲ ਵਧੀਏ ਅਤੇ ਇੰਨੀ ਦ੍ਰਿੜਤਾ ਨਾਲ ਵਧੀਏ ਕਿ ਅਡੋਲ ਕਦਮ ਅਤੋਲ ਅਥਾ ਅਡੋਲ ਤੂੰ ਤੇਰਾ ਅੰਤ ਨਾ ਪਾਇਆ ਅਡੋਲਤਾ ਗੁਰੂ ਭਾਲਦਾ ਹੈ ਇਸੇ ਲਈ ਇੱਕ ਮੈਸੇਜ ਦਿੰਦਾ ਹੈ ਕਿ ਭਰਿਆ ਇਹ ਮਨੂੰ ਦ੍ਰਿੜ ਕਰ ਰੱਖ ਪਹਿਲਵਾਨ ਬਣ ਮੈਂ ਤਾਂ ਇਸੇ ਗੁਰੂ ਵਿੱਚ ਮੈਨੂੰ ਇੱਥੇ ਖੁਸ਼ੀ ਕਿਉਂ ਹੁੰਦੀ ਹੈ ਕਿਉਂਕਿ ਇੱਥੇ ਮੈਂ ਦੇਖਦਾ ਸ਼ਾਹ ਸਾਹਿਬ ਪਹਿਲਾਂ ਇਸ ਮਿਸ਼ਨ ਨੂੰ ਅਪਣਾਉਂਦੇ ਸਮਝ ਗਏ ਕਮ ਸੇ ਕਮ ਇਹ ਕਿ ਸਾਨੂੰ ਸਤਾ ਦਿੰਦੇ ਨੇ ਇੱਥੇ ਬੈਠ ਕੇ ਅਸੀਂ ਇਸ ਸਥਾਨ 'ਤੇ ਬੈਠ ਕੇ ਵਿਚਾਰ ਕਰ ਸਕੀਏ ਸਾਡਾ ਮਿਸ਼ਨ ਕੀ ਸਾਡੀ ਮੰਜ਼ਿਲ ਕੀ ਜਿੰਨੀ ਦੇਰ ਅਸੀਂ ਉਸ ਮਿਸ਼ਨ 'ਤੇ ਉਸ ਮੰਜ਼ਿਲ ਨੂੰ ਸਮਝ ਕੇ ਆਪਣੇ ਜੀਵਨ ਦਾ ਪੰਧ ਨਿਚਾਕਤ ਅਤੇ ਦ੍ਰਿੜਤਾ ਨਾਲ ਨਹੀਂ ਕਰਾਂਗੇ ਉਹਨੂੰ ਦੇਖ ਸਾਨੂੰ ਮੰਜ਼ਿਲ ਨਹੀਂ ਮਿਲ ਸਕਦੀ ਇਹਨਾਂ ਸ਼ਬਦਾਂ ਨਾਲ ਕਿ ਮਾਂ ਦਾ ਗਿਆ ਚਿੱਠਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਨੰਦ ਸਵਾਗਤ ਕਰਦੇ